ਸਤਿ ਸ਼੍ਰੀ ਅਕਾਲ ਜੀ, ਕਿੱਦਾਂ ਸਾਰੇ ਲੋਕ? ਉਮੀਦ ਕਰਦਾ ਵਧੀਆ ਹੋ ਗਿਆ ਤੇ ਵਧੀਆ ਰਹਿਣਾ ਚਾਹੀਦਾ। ਜੇ ਸਾਰੇ ਨੂੰ ਪਤਾ ਲੱਗ ਕੀ ਹੈਗਾ ਟਾਈਟਲ ਥੰਬਨੇਲ ਦੇਖ ਕੇ ਕਿ ਅੱਜ ਦਾ ਵਲੌਗ ਕਿਸ ਲਈ ਹੈ। ਅੱਜ ਦਾ ਵਲੌਗ ਆ, ਹੁਣ ਅਸੀਂ ਜਾ ਰਹੇ ਹੈਗੇ ਹਾਂ ਧਰਮਸ਼ਾਲਾ ਬਾਏ ਟਰੋਲੀ, ਜਿਹੜੇ ਇੱਥੇ ਟਰੋਲੀ ਚੱਲਦੀ ਹੈਗੀ ਹੈ ਆਪਣੀ ਇੱਥੋਂ ਆਪਣੀ ਮਕਲੋੜਗੰਜ ਤੋਂ ਧਰਮਸ਼ਾਲਾ ਵੱਲ ਨੂੰ, ਅਤੇ ਅਸੀਂ ਉੱਥੇ ਚੱਲੇ ਹੈਗੇ ਹਾਂ ਅਤੇ ਤਿਆਰ ਹੋ ਗਿਆ। ਹੁਣ ਮੈਂ ਬੰਦ ਕਰ ਦਿੰਦੇ ਹਾਂ, ਚਲੋ ਚੱਲੀਏ। ਸਾਰੇ ਰੈਡੀ ਹੋ ਗਏ ਹੋਏ ਆ, ਚਲੋ ਚੱਲਦੇ ਹਾਂ ਪਹਿਲਾਂ ਬ੍ਰੇਕਫਾਸਟ ਕਰਨ ਲਈ, ਉਸ ਤੋਂ ਬਾਅਦ ਚੱਲਾਂਗੇ ਮਾਰਕੀਟ ਜਿੱਥੇ ਕੱਲ੍ਹ ਗਏ ਸੀਗੇ, ਅਤੇ ਫਿਰ ਆਪਾਂ ਚੱਲਾਂਗੇ ਆਪਣੇ ਧਰਮਸ਼ਾਲਾ। ਹੁਣ ਪਹੁੰਚ ਕੇ ਹੈਗੇ ਅਸੀਂ ਬ੍ਰੇਕਫਾਸਟ ਕਰਨ ਲਈ, ਬਿਫੇ ਇੱਥੇ ਲੱਗਾ ਹੋਇਆ, ਅਤੇ ਸਭ ਤੋਂ ਪਹਿਲਾਂ ਆ ਜਾਂਦੇ ਇੱਥੇ ਜੂਸ, ਔਰੇਂਜ ਜੂਸ, ਲੈਮਨ ਜੂਸ, ਪਾਈਨਐਪਲ ਜੂਸ ਸੋਰੀ, ਔਰ ਫਿਰ ਕੋਲਡ ਕਾਫੀ, ਕੋਰਨਫਲੈਕਸ, ਚੋਕੋ ਕੋਰਨਫਲੈਕਸ, ਵੀਟ ਕੋਰਨਫਲੈਕਸ, ਉਸ ਤੋਂ ਬਾਅਦ ਸਾਰੇ ਆ ਜਾਂਦੇ ਹੈਗੇ ਆ ਫਲੇਵਰ ਕਰਡ ਅਤੇ ਕੋਲਡ ਮਿਲਕ, ਉਸ ਤੋਂ ਬਾਅਦ ਸਾਰੇ ਫਰੂਟਸ, ਅਤੇ ਫਰੂਟਸ ਤੋਂ ਬਾਅਦ ਇੱਥੇ ਆ ਜਾਂਦੀ ਹੈਗੀ ਆ ਆਪਣੇ ਸਿੰਪਲ ਕਰਡ, ਅਤੇ ਇੱਥੇ ਪਲੇਟਸ ਆ ਜਾਂਦੇ ਹੈਗੇ ਆ, ਅਤੇ ਇੱਥੇ ਸਾਰੇ ਕੀ ਨਾਮ ਹੈ ਵੈਜੀਟੇਬਲਸ ਪਏ ਹੋਏ ਆ, ਅਤੇ ਚਟਨੀਆਂ ਪਈਆਂ ਹੋਈਆਂ ਹੈਗੀਆਂ, ਅਤੇ ਸਾਂਬਰ, ਅਤੇ ਆ ਪੁਲਾਓ, ਆ ਚਾਵਲ, ਭਾਜੀ, ਅਤੇ ਇੱਥੇ ਪੂਰੀ, ਨਾਲੇ ਮਿਕਸ ਪਰਾਂਠਾ, ਨਾਲੇ ਆ ਮਟਰ, ਅਤੇ ਇੱਥੇ ਸਮਾਈਲੀ, ਆ ਵੀ ਸਮਾਈਲੀ ਹੈ ਕੱਲ੍ਹ, ਅਤੇ ਨਾਲੇ ਹੁਣ ਇੱਥੇ ਆ ਜਾਂਦੇ ਆ ਸਾਰੇ ਸੋਸੇਜਿਸ, ਅਤੇ ਇੱਥੇ ਚਿਕਨ ਸੋਸੇਜਿਸ, ਅਤੇ ਇੱਥੇ ਅੰਡੇ, ਨਾਲੇ ਹੋਟ ਮਿਲਕ ਅਤੇ ਮਸਾਲਾ ਟੀ, ਫਿਰ ਕੋਲਡ ਮਿਲਕ ਅਤੇ ਹੋਟ ਵਾਟਰ। ਤੁਸੀਂ ਸਵਾਦ ਅਨੁਸਾਰ ਆਪਣਾ ਕੀ ਨਾਮ ਇੱਥੋਂ ਛੱਕ ਸਕਦੇ ਹੋ ਸਮਾਨ, ਅਤੇ ਇੱਥੇ ਆ ਸਾਰੇ ਕੀ ਨਾਮ ਹੈਗਾ, ਅਤੇ ਇੱਥੇ ਮਫਿਨ, ਡੋਨਟਸ, ਅਤੇ ਡੈਨਿਸ਼, ਅਤੇ ਉਸ ਤੋਂ ਬਾਅਦ ਬਟਰ, ਹਨੀ, ਟੋਮੈਟੋ ਸੋਸ, ਆ ਸਾਰੀ ਚੀਜ਼ਾਂ ਦਿੱਤੀਆਂ ਹੋਈਆਂ ਹੈਗੀਆਂ, ਬ੍ਰੈਡ, ਅਤੇ ਬ੍ਰੈਡ ਨੂੰ ਰੋਸਟ ਵੀ ਕਰ ਸਕਦੇ ਹੋ ਤੁਸੀਂ, ਆਓ ਸਾਰਾ ਕੁਛ ਪਾਉਂਦੇ ਹਾਂ ਅਤੇ ਖਾਂਦੇ ਹਾਂ। ਸੋ ਇੱਥੇ ਹੈਗਾ ਸਵਿਮਿੰਗ ਪੂਲ, ਕਾਫੀ ਵੱਡਾ ਸਵਿਮਿੰਗ ਪੂਲ ਹੈਗਾ, ਨਾਲ ਹੈਗਾ ਇਹਦੇ ਵਿਊ, ਕਾਫੀ ਵਧੀਆ ਵਿਊ ਹੈਗਾ ਇਹਦੇ ਨਾਲ, ਅਤੇ ਇੱਥੇ ਸਵਿਮਿੰਗ ਪੂਲ ਹੈ, ਅਤੇ ਇੱਥੇ ਕੀ ਨਾਮ ਹੈ ਬ੍ਰੇਕਫਾਸਟ ਸੀਗਾ ਸਾਡਾ, ਅਤੇ ਉਹ ਕਰ ਲਿਆ ਹੈਗਾ ਬੁਫੇ, ਅਤੇ ਰਾਤ ਦਾ ਵੀ ਡਿਨਰ ਜਿਹੜਾ ਹੈ ਉਹ ਬੁਫੇ ਵਿੱਚ ਹੀ ਹੈ ਸਾਡਾ ਇੱਥੇ ਹੀ। ਅਤੇ ਚਲੋ ਹੁਣ ਚੱਲਦੇ ਹੈਗੇ ਹਾਂ ਬਾਜ਼ਾਰ ਧਰਮਸ਼ਾਲਾ ਨੂੰ। ਸੋ ਹੁਣ ਅਸੀਂ ਆਏ ਹੈਗੇ ਹਾਂ ਇੱਥੇ ਕਿਡ ਜ਼ੋਨ ਵਿੱਚ, ਸਾਡੇ ਕੋਲ ਛੋਟੀ ਹੈ ਵੱਡੀ ਵਾਲੀ ਹੈ, ਹੈ ਨਾ, ਇੱਥੇ ਸਲਾਈਡ ਵਗੈਰਾ ਵੀ ਹੈ, ਕੈਰਮ ਬੋਰਡ ਵੀ ਹੈ, ਕੈਰਮ ਬੋਰਡ ਵੀ ਹੈ, ਲੂਡੋ ਵੀ ਹੈ, ਅਤੇ ਇੱਥੇ ਝੂਲਾ, ਇੱਥੇ ਝੂਲੇ ਚ ਪਾਉਣਾ, ਬੋਲਿੰਗ ਵੀ ਹੈ, ਆਪਣੀ ਲੂਡੋ ਵੀ ਹੈ, ਕੈਰਮ ਬੋਰਡ, ਆਹਾ। ਹੁਣ ਅਸੀਂ ਕਿ ਨਵਾਂ ਗੇਮਿੰਗ ਜ਼ੋਨ ਤੋਂ ਆ ਚੁੱਕੇ ਹੈਗੇ ਹਾਂ, ਅਤੇ ਹੁਣ ਚੱਲੇ ਹੈਗੇ ਹਨ ਉਹੀ ਬਾਜ਼ਾਰ ਟਰਾਲੀ 'ਤੇ, ਆ ਜਾਓ ਆਰਾਮ ਨਾਲ, ਆਈ ਆਰਾਮ ਨਾਲ ਗਿਰ ਜਾਏਗਾ। ਹੁਣ ਪਹੁੰਚ ਚੁੱਕੇ ਹੈਗੇ ਹਾਂ ਅਸੀਂ ਮਾਰਕੀਟ, ਅਤੇ ਕੱਲ੍ਹ ਜਿੱਥੇ ਜਿਵੇਂ ਲਗਾਈ ਸੀਗੀ ਅਸੀਂ ਉਦਾਂ ਹੀ ਅਸੀਂ ਲਗਾਤੀ ਹੋਈ ਹੈ। ਹਾਂ ਹਿਮਾਲਿਆ ਨਾ, ਉਹ ਹਿਮਾਲਿਆ ਹੈਗਾ। ਹੁਣ ਪਹੁੰਚ ਗਏ ਹੈਗੇ ਹਾਂ ਅਸੀਂ ਧਰਮਸ਼ਾਲਾ ਸਕੀ ਵੇ, ਜਿੱਥੋਂ ਸਾਨੂੰ ਮਿਲੇਗੀ ਟਰੋਲੀ, ਚਲੋ ਟਰੋਲੀ ਦੀ ਟਿਕਟ ਲੈਂਦੇ ਹਾਂ ਫਿਰ ਅਸੀਂ ਉਹਦੇ ਵਿੱਚ। ਹੁਣ ਪਹੁੰਚ ਗਏ ਹੈਗੇ ਹਾਂ ਜਿੱਥੇ ਸਾਡੀ ਐਂਟਰੀ ਹੈਗੀ ਹੈ,
चलो जाके तलाशी कराने, उस तो बाद लेने टिकट। हाँ जी, अज असी धर्मशाला स्काईवे रोप लैन आए हैं। ये टाटा वालियां दी हैगी, इत्थे टाटा ने खोली हुई है। जे एक पासे दी टिकट लैनी है तो 425 रुपए की है, दोनों पासे दी लैनी है तो 650 की है। 5 बजे तक चलती है, 5 बजे तो पहला पहला थलों दी वापस आना उपर। जे 5 बजे तो बाद आए फिर अगले दिन आना पेगा। 24 घंटे की वैलिडिटी होंगी है जी। यदि आ काउंटर है, काउंटर खुलन वाला है, तो असी हुण टिकट लवेंगे आन जाण दी, क्योंकि धर्मशाला इतों की 12 किलोमीटर दूर है। तो असी तो आन जाण दी लवेंगे, क्योंकि थलों वापसी आना औखा हो जाएगा। इधर फिर वो ट्रॉली बनी हुई है, तुसी आपदा इधर टिकट दिखाओ तो ट्रॉली च बैठो। थले धर्मशाला 12 किलोमीटर थले ला देंदी है 3-4 मिनट के विच विच। 5 बजे तो पहला वापस आना आ जाओ, तो जे 5 तो लेट हो गए फिर अगले दिन 24 घंटे के अंदर अंदर वापस आना। देखो जाती पे चलते ट्राम से, आ रही ट्राम। इदा मलेशिया भी बैठे थे उदो, तो हम इतने बैठन लगे है धर्मशाला। तो आ सीधा सानू उतारे गए सीधा धर्मशाला वाल, धर्मशाला मेन मार्केट से उत्थे घूमेंगे, उस तो बाद वापस अच्छी आ जाएंगे। तीन दिन की वैलिडिटी होंगी है इतने, मतलब 14 मार्च तक है। 14 मार्च तक असी कदे भी वापस आ सकते हैं। तो हम चले है थले जाने पूरे 12 मिनट लगनगे, तो आने भी 12 मिनट ही लगते हैं। चलो बहने है चलो चलिए। हाँ जी, इस टाइम असी मैकलॉडगंज के है। मैकलॉडगंज तो धर्मशाला जा रहे हैं। जे बाय रोड जाइए धर्मशाला तो 12 किलोमीटर है, जे सीधा ट्रॉली राही नापीए तो 1.25 किलोमीटर है, जो कि ट्रॉली 12 मिनट लाएगी। असी ट्रॉली च बैठ गए, देखो नीचे व्यू, 12 मिनट लाएगी, थले जाएगी 1.25 किलोमीटर। तो जे बाय रोड जाइए तो 12 किलोमीटर पैंदा जी। ट्रॉली शुरू हो चुकी है, 12 मिनट बाद असी धर्मशाला आवांगे आपका घूम फिर के, शाम तो पहला वापस आना। माउंटेन्स है ना, ट्रॉली आ गई। ट्रॉली है की है, हाँ मजा आ रहा है। हाँ माउंटेन्स है, हूं पता लग गया, व्यू पता लग गया ना, पहला सड़क दिखता है। ओए हिलो ना, हिलना नहीं है, हिलो ना यार, उधरों आए हैं असीं इन्नी देर। रेड कलर दी, हुण पहुंच गए असीं ट्रॉली दी मैक्सिमम हाइट ते। इस तो बाद हुण जा रही हुण सीधा थले, ते काफी वधिया व्यू है इत्थों। ते चलो फिर चलदे आं थले। ते इधरों की ना मैं अपने हिमालय भी दिखदे हैगे आ। इधर व्यू, बैठे हुए आ सारे, पहुंच गए सी, इत्थे कमरा बनाया। चलो आ गए, चलो 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 लंग लो लंग लो। हम पहुंच गए सी धर्मशाला, तेरी मार्केट चले हैं। आ गई मार्केट बाहर, ही बाहर मार्केट हैगी है, थोड़ी दूर जाके मार्केट होगी शायद। चलो सो यह है धर्मशाला का ऑफिस, जेड़ा मतलब इधर का स्काईवे, तो जिवें उधर बनया हुआ सीगा अपना मैकलॉडगंज, उदा का ही इधर बनया हुआ है। तो इतने धर्मशाला स्काईवे लिखा हुआ, तो इतने फोटो भी खिचाण वाले असी। तो हूँ आप टैक्सी कर ली है इतने धर्मशाला, हम चले गए आप हूँ मार्केट। चलो मार्केट चलने फिर तुम मिलना सके असी इतने इस दुकान पर जूस वगैरह पीते है। चलो हम चलते हैं अगे, तो बाकी दी मार्केट घूमते। सो इत लीती अस घड़ी आवली, तो काफ़ी अच्छी हैगी है। तो इतने धर्मशाला तो चलो लैने अगे चल रहे।
ਸੁਣ ਲੈ ਲਈ ਹੈਗੀ ਅਸੀਂ ਘੜੀ ਅਤੇ ਹੁਣ ਰੱਖ ਦਿੰਦੇ ਹਾਂ ਇਹਨੂੰ ਅਤੇ ਹੁਣ ਹੋਟਲ ਜਾ ਕੇ ਤੁਹਾਨੂੰ ਚੰਗੀ ਤਰ੍ਹਾਂ ਦਿਖਾਊਂਗਾ। ਚਲੋ ਮੈਨੂੰ ਵਾਪਿਸ ਆ ਗਏ ਹਾਂ ਧਰਮਸ਼ਾਲਾ ਟਰਾਲੀ ਵਾਲੇ ਸਟੇਸ਼ਨ 'ਤੇ ਅਤੇ ਚ ਬਹਿੰਦੇ ਹਾਂ ਟਰਾਲੀ ਫਿਰ ਚੱਲਦੇ ਹੈਗੇ ਹਾਂ ਆਪਣਾ ਮੈਕਲੋੜਗੰਜ। ਚਲੋ ਹੁਣ ਪਹੁੰਚ ਗਏ ਹੈਗੇ ਹਾਂ ਜਿੱਥੋਂ ਅਸੀਂ ਪੈਣਾ ਹੈ ਟਰਾਲੀ 'ਚ ਅਤੇ ਲਾਈਨ 'ਚ ਲੱਗਦੇ ਹੈਗੇ ਹਾਂ ਅਤੇ ਬਹਿੰਦੇ ਹਾਂ ਟਰਾਲੀ 'ਚ ਅਤੇ ਆ ਗਈ ਸਾਰੀ ਟਰਾਲੀ। ਚਲੋ ਬੈਠਦੇ ਹਾਂ ਧਿਆਨ ਨਾਲ। ਚਲੋ ਬੈਠ ਗਏ ਹੁਣ ਬੈਠ ਗਏ ਚੱਲ ਪਈ ਹੈ ਸਾਡੀ ਟਰਾਮ। ਹੁਣ ਦੁਬਾਰਾ ਆਪਾਂ ਉੱਪਰ ਜਾ ਰਹੇ ਹਾਂ ਮਕਲੋੜਗੰਜ ਧਰਮਸ਼ਾਲਾ ਤੋਂ ਥੱਲੇ। ਹਾਂ ਥੱਲੇ ਆਪਾਂ ਸ਼ੋਪਿੰਗ ਕੀਤੀ ਹੈ ਸੁਰਮਨ ਦੀ ਘੜੀ ਖਰੀਦੀ ਹੈ ਸੋਨਾਟਾ ਕੰਪਨੀ ਦੀ। ਇਸ ਤੋਂ ਬਾਅਦ ਹੁਣ ਆਪਾਂ ਜਾ ਰਹੇ ਹਾਂ ਉੱਪਰ ਵਾਪਸ ਮਕਲੋੜਗੰਜ। ਇੱਥੋਂ ਅਸੀਂ ਫਿਰ ਹਯਾਤ ਏਜੰਸੀ ਜਾਣਾ ਵੈ ਮਕਲੋੜਗੰਜ ਦੇ ਵਿੱਚ ਫਾਈਵ ਸਟਾਰ ਪ੍ਰੋਪਰਟੀ। ਉਹਨਾਂ ਦਾ ਫੋਨ ਆਇਆ ਵੈ ਕਹਿੰਦੇ ਸਾਡੇ ਆ ਰਿਜ਼ੋਰਟ ਦੇਖ ਕੇ ਜਾਓ। ਮਯੰਕ ਟੁੱਲੀ ਜੀ ਨੇ ਸਪੈਸ਼ਲ ਕਾਲ ਆਈ ਹੈ ਉੱਥੇ ਚਾਹ ਪਾਣੀ ਦਾ ਇੰਤਜ਼ਾਮ ਕੀਤਾ ਹੋਇਆ ਉਹਨਾਂ ਨੇ ਉਹ ਵੇਟ ਕਰ ਰਹੇ ਨੇ। ਇੱਥੋਂ ਅਸੀਂ ਫਿਰ ਆਪਣੀ ਕਾਰ 'ਤੇ ਹਯਾਤ ਏਜੰਸੀ ਧਰਮਸ਼ਾਲਾ ਜਾਵਾਂਗੇ। ਇਸ ਤੋਂ ਬਾਅਦ ਫਿਰ ਅਸੀਂ ਵਾਪਸ ਹੋਟਲ ਹੁਣ ਪਹੁੰਚ ਗਏ ਹੈਗੇ ਆ ਅਸੀਂ ਆਪਣੇ ਮਕਲੋੜਗੰਜ ਤੇ ਚੱਲਦੇ ਆ ਪਹੁੰਚ ਗਏ। ਓਏ ਇੱਥੇ ਗਿਰ ਗਿਆ ਤਾਂ ਕੋਈ ਕੁਛ ਕਰਨੀ ਹੈ ਨਾ। ਚਲੋ ਹੁਣ ਖੁੱਲੇਗਾ ਗੇਟ। ਚਲੋ ਚਲੋ ਆ ਜਾਓ। ਹੁਣ ਆਪਣੇ ਸਕਾਈਵਿੰਗ ਤੋਂ ਆ ਚੁੱਕੇ ਹੈਗੇ ਆ ਅਤੇ ਹੁਣ ਚੱਲੇ ਹੈਗੇ ਹਾਂ ਜਿੱਥੇ ਚਾਚੂ ਨੇ ਕਿਹਾ ਸੀਗਾ ਹੋਟਲ ਜਿੱਥੇ ਬੁਲਾਇਆ ਹੋਇਆ ਉਹਨਾਂ ਨੇ ਅਤੇ ਚਲੋ ਹੁਣ ਉੱਥੇ ਚੱਲਦੇ ਹਾਂ। ਅਤੇ ਹੁਣ ਅਸੀਂ ਪਹੁੰਚ ਗਏ ਹਿਲ ਹਯਾਤ ਰਿਜ਼ੋਰਟ। ਅਸੀਂ ਕਾਰ ਤੋਂ ਆ ਚੁੱਕੇ ਹੈਗੇ ਹਾਂ ਅਸੀਂ ਇੱਥੇ ਇਹਨਾਂ ਦੀ ਰਿਸੈਪਸ਼ਨ 'ਤੇ। ਕਾਫੀ ਵਧੀਆ ਇਹਨਾਂ ਨੇ ਹੋਟਲ ਬਣਾਇਆ ਮੈਂ ਤੁਹਾਨੂੰ ਮੈਂ ਬਾਹਰੋਂ ਬਾਅਦ 'ਚ ਦਿਖਾਉਂਦਾ ਪਹਿਲਾਂ ਆਓ ਇੱਥੇ ਬੈਠਦੇ ਹਾਂ ਅਤੇ ਨਾਲ ਗੱਲਬਾਤ ਕਰਦੇ ਹਾਂ। ਖਾਣ ਲੱਗੇ ਹੈਗੇ ਹਾਂ ਵਿੱਚ ਅਤੇ ਚਲੋ ਖਾਂਦੇ ਹਾਂ ਅਤੇ ਫਿਰ ਤੁਹਾਨੂੰ ਵੀ ਮਿਲਦਾ। ਹੁਣ ਗਾ ਪੀ ਕੇ ਹੁਣ ਅਸੀਂ ਚੱਲੇ ਹੈਗੇ ਹਾਂ ਇੱਥੋਂ ਅਤੇ ਚਲੋ ਚੱਲਦੇ ਹਾਂ ਕਾਰ ਵਿੱਚ ਅਤੇ ਕਾਰ ਤੋਂ ਚੱਲਦੇ ਹਾਂ ਆਪਣੇ ਉੱਥੇ ਜਿਹੜਾ ਸਾਡਾ ਹੈਗਾ ਉਹ ਈਸੀ ਰੋਡ 'ਤੇ ਹੈ। ਅੱਗੇ ਜਾ ਕੇ ਥੋੜ੍ਹਾ 1 ਕਿਲੋਮੀਟਰ ਦੂਰ ਹੈਗਾ ਸਾਡਾ ਇੱਥੋਂ ਹੋਟਲ ਅਤੇ ਚਲੋ ਚੱਲਦੇ ਹੈਗੇ ਹਾਂ ਆਪਣੇ ਹੋਟਲ। ਸੋ ਹੁਣ ਮੈਂ ਤੁਹਾਨੂੰ ਦਿਖਾਉਣਾ ਸੀਗਾ ਬਾਹਰੋਂ ਪਰ ਦਿਖਾ ਨਹੀਂ ਪਾਇਆ ਕਿਉਂਕਿ ਇੰਨੀ ਤੇਜ਼ ਬਾਰਿਸ਼ ਇੱਥੇ ਸ਼ੁਰੂ ਹੋ ਗਈ ਹੈ ਅਤੇ ਇੱਥੇ ਕਦੇ ਵੀ ਮਕਲੋੜਗੰਜ ਬਾਰਿਸ਼ ਸ਼ੁਰੂ ਹੋ ਜਾਂਦੀ ਹੈ ਅਤੇ ਇਹਦਾ ਕੁਝ ਪਤਾ ਨਹੀਂ ਹੁੰਦਾ ਬਾਰਿਸ਼ ਦਾ। ਅਤੇ ਚਲੋ ਹੁਣ ਕਾਰ 'ਚ ਬੈਠਦੇ ਹਾਂ ਅਤੇ ਚੱਲਦੇ ਹਾਂ ਆਪਣੇ ਹੋਟਲ। ਸੋ ਹੁਣ ਅਸੀਂ ਆਏ ਹੈਗੇ ਇੱਥੇ ਡਲ ਲੇਕ ਅਤੇ ਇੱਥੇ ਹਾਂ ਇਹ ਸੱਚੀ ਡੈਮ ਹੈਗੀ ਹੈ ਅਤੇ ਚੱਲਦੇ ਹਾਂ ਹੁਣ ਇੱਥੇ ਖਾਣ ਪੀਣ। ਮੈਂ ਤਾਂ ਚਾਹ ਪੀਣ ਵਾਸਤੇ ਰੁਕੇ ਹੈਗੇ ਹਾਂ ਪੀਂਦੇ ਹਾਂ ਨਾਲੇ ਬਾਰਿਸ਼ ਵੀ ਆ ਰਹੀ ਹੈਗੀ ਹੈ ਜ਼ਿਆਦਾ ਤੇਜ਼ ਤਾਂ ਨਹੀਂ ਆ ਰਹੀ ਪਰ ਠੰਡ ਹੋ ਗਈ ਬਹੁਤ ਜ਼ਿਆਦਾ। ਖਾਂਦੇ ਪੀਂਦੇ ਹਾਂ ਫਿਰ ਚੱਲਦੇ ਹਾਂ ਹੋਟਲ। ਹੁਣ ਪਹੁੰਚ ਚੁੱਕੇ ਹੈਗੇ ਹਾਂ ਅਸੀਂ ਆਪਣੇ ਰੂਮ ਵਿੱਚ ਅਤੇ ਇੱਥੇ ਚਲਾ ਲਿਆ ਆਪਣੇ ਵਲੋਗ ਅਤੇ ਤੁਸੀਂ ਵੀ ਦੇਖ ਰਹੇ ਹੋ ਸਾਡਾ ਹੀ ਵਲੋਗ ਹੈ ਅਤੇ ਸਾਨੂੰ ਹੋਲੀ ਦਾ ਵਲੋਗ ਦੇਖ ਰਹੇ ਹੈਗੇ ਸਾਰੇ ਜਣੇ ਇੱਥੇ ਬੈਠ ਕੇ ਅਭੀ ਗੀਤ ਅਤੇ ਦਾਦੀ ਦੇਖਦੇ ਹਾਂ ਵੀਡੀਓ ਵਲੋਗ ਆਪਣਾ ਅਤੇ ਉਸ ਤੋਂ ਬਾਅਦ
ਆਰਾਮ ਕਰਦੇ ਹਾਂ, ਫਿਰ ਰਾਤੀ ਤੁਹਾਨੂੰ ਮਿਲਦੇ ਹਾਂ। ਸੋ ਹੁਣ ਅਸੀਂ ਆਏ ਹੈਗੇ ਹਾਂ ਅਤੇ ਡਿਨਰ ਕਰਨ ਵਾਸਤੇ ਬੁਫੇ ਵਿੱਚ, ਅਤੇ ਇੱਥੇ ਹੈਗਾ ਸਭ ਤੋਂ ਪਹਿਲਾਂ ਮੌਨਚੋ ਸੂਪ, ਉਸ ਤੋਂ ਬਾਅਦ ਸਾਰੀ ਸੈਲਡ, ਹੋਰ ਸਾਰੀ ਤਰ੍ਹਾਂ ਦੀ ਉੱਪਰੋਂ ਵੈਜ ਪਿਕਲ, ਉਸ ਤੋਂ ਬਾਅਦ ਤੁਸੀਂ ਪਲੇਟ ਲੈ ਸਕਦੇ ਹੋ। ਫਿਰ ਆ ਜਾਂਦਾ ਹੈ ਮਸਾਲੇ ਵਾਲਾ ਕਰਡ ਅਤੇ ਰਾਇਤਾ, ਸੋਰੀ, ਫਿਰ ਪਨੀਰ ਮੱਖਣੀ, ਪਾਲਕ ਕੌਰਨ, ਕੜਾਹੀ ਵੈਜ, ਦਾਲ ਹਾਂਡੀ, ਉਸ ਤੋਂ ਬਾਅਦ ਸਾਡੀ ਪੂਰੀਆਂ ਪਈਆਂ ਹੋਈਆਂ, ਉਸ ਤੋਂ ਬਾਅਦ ਜੀਰਾ ਰਾਈਸ ਅਤੇ ਨਿਊਡਲਸ ਅਤੇ ਹੋਰ ਰਾਈਸ, ਵੈਜੀਟੇਬਲ ਵਾਲੇ ਮਨਚੂਰੀਅਨ, ਅਤੇ ਇਹ ਫਿਰ ਆ ਜਾਂਦਾ ਪਾਸਤਾ, ਫਿਰ ਫਿਸ਼, ਫਿਰ ਚਿਕਨ ਕਰੀ, ਫਿਰ ਆ ਜਾਂਦੀ ਸਾਡੀ ਆਈਸਕ੍ਰੀਮ, ਫਿਰ ਇੱਧਰ ਪਾਈਨਐਪਲ ਹਲਵਾ, ਗੁਲਾਬ ਜਾਮੁਨ ਅਤੇ ਬਰਾਊਨੀ ਕੇਕ, ਆਹ ਵੀ ਕੇਕ, ਅਤੇ ਬਸ ਇਸ ਨਾਲ ਸਾਰਾ ਖਤਮ ਹੁੰਦਾ ਹੈ। ਅਤੇ ਖਾਓ, ਪਾਉਂਦੇ ਹਾਂ ਅਤੇ ਖਾਂਦੇ ਹਾਂ, ਖਾ ਕੇ ਚੱਲੇ ਹਾਂ ਉੱਪਰ। ਹੁਣ ਡਿਨਰ ਕਰਕੇ ਅਸੀਂ ਆ ਚੁੱਕੇ ਹੈਗੇ ਹਾਂ ਆਪਣੇ ਰੂਮ ਵਿੱਚ, ਅਤੇ ਹੁਣ ਕਾਫੀ ਨੀਂਦ ਆਈ ਹੋਈ ਹੈ ਕਿਉਂਕਿ ਚੱਲ ਚੱਲ ਕੇ ਅਸੀਂ ਥੱਕ ਗਏ ਸੀਗੇ। ਪਹਿਲਾਂ ਆਰਾਮ ਕੀਤਾ ਸੀ, ਮੂਵੀ ਦੇਖਣ ਲੱਗ ਗਏ ਸੀਗੇ ਇੱਕ, ਅਤੇ ਹਲੇ ਉਹ ਥੋੜ੍ਹੀ ਜਿਹੀ ਪਈ ਹੈਗੀ ਆ, ਉਹ ਵੀ ਕੰਪਲੀਟ ਕਰਦੇ ਹੈਗੇ ਹਾਂ। ਉਮੀਦ ਕਰਦਾ ਤੁਹਾਨੂੰ ਵਲੌਗ ਵਿੱਚ ਦੇਖ ਕੇ ਅੱਛਾ ਲੱਗਿਆ ਹੋਏਗਾ, ਜੇ ਅੱਛਾ ਲੱਗਿਆ ਤਾਂ ਲਾਈਕ ਕਰ ਦੇਣਾ, ਚੈਨਲ ਸੁਣ ਨਵੀਂ ਤਾਂ ਸਬਸਕ੍ਰਾਈਬ ਕਰ ਦੇਣਾ, ਜਿੱਦਾਂ ਦਾ ਵੀ ਲੱਗਿਆ ਵਲੌਗ ਕਮੈਂਟ ਕਰ ਦੇਣਾ, ਐਂਡ ਥੈਂਕਸ ਫੋਰ ਵਾਚਿੰਗ।